ਆਹ ਦੋਸਤੋ ਪੀਪਲ ਪੱਤੀਆਂ ਚੋਂ ਦਸ਼ਮੇਸ਼ ਪਿਤਾ ਦੇ ਫਰਮਾਨ ਬਾਰੇ ਗੀਤ ਹੈ ਕਿ ਕੱਢ ਕੇ ਮਿਆਨ ਵਿੱਚੋਂ ਗੁਰੂ ਕਿਰਪਾਨ ਕਿਹਾ ਸਿੱਖੀ ਵਾਲਾ ਮਹਿਲ ਹੈ ਬਣਾਉਣਾ ਬੰਦਿਆਂ ਚੋਂ ਖੋਟ ਕੱਢ ਕੇ ਇਸ ਪੰਥ ਮੈਂ ਖਾਲਸਾ ਸਜਾਉਣਾ ਜ਼ਾਲਿਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ ਹੱਕ ਦੀ ਕਮਾਈ ਕਰੇ ਵਧੀਆਂ ਕਮਾਵੇ ਨਾ ਗਉ ਦੇ ਗਰੀਬ ਮਸਕੀਨਾ ਦੀ ਜੋ ਰਾਖੀ ਕਰੇ ਸਵਾ ਲੱਖ ਇੱਕ ਨੂੰ ਬਣਾਉਣਾ ਕੱਢ ਕੇ ਮਿਆਨ ਵਿੱਚੋਂ ਗੁਰੂ ਕ੍ਰਿਪਾਨ ਕੇ ਹੱਥ ਸਿੱਖੀ ਵਾਲਾ ਮਹਿਲ ਹੈ ਬਣਾਉਣਾ ਖੰਡੇ ਵਾਲੀ ਧਾਰ ਉੱਤੇ ਆਜੋ ਜੀਨੇ ਨੱਚਣਾ ਰਾਤਾਂ ਦੇ ਹਨੇਰ ਚ ਮਸ਼ਾਲ ਵਾਂਗੂ ਮਚਣਾ ਖੰਡੇ ਨਾਲ ਖਿੱਚ ਕੇ ਲਕੀਰ ਕੇ ਹਵਾਜ਼ਾਂ ਵਾਲੇ ਅੰਮ੍ਰਿਤ ਐਸਾ ਹੈ ਸਿਕਾਉਣਾ ਬੰਦਿਆਂ ਚ ਖੋਟ ਕੱਢ ਕੇ ਐਸਾ ਪੰਥ ਮੈਂ ਖਾਲਸਾ ਸਜਾਉਣਾ ਸਾਜ ਕੇ ਪਿਆਰੇ ਪੰਜ ਗੱਜ ਕੇ ਪੁਕਾਰਿਆ ਮੈਨੂੰ ਵੀ ਬਣਾਉ ਸਿੱਖ ਮੁਖ ਤੋਂ ਉਚਾਰਿਆ ਤੇਗ ਦੇ ਦੁਲਾਰੇ ਲੈ ਕੇ ਅੰਮ੍ਰਿਤ ਦਾਤ ਕਿਹਾ ਲਾਜ ਨਾ ਧਰਮ ਨੂੰ ਲਾਉਣਾ ਬੰਦਿਆਂ ਚ ਖੋਟ ਕੱਢ ਕੇ ਐਸਾ ਪੰਥ ਮੈਂ ਖਾਲਸਾ ਸਜਾਉਣਾ ਇਸੇ ਲਈ ਅਨੰਦਪੁਰੀ ਜਿੱਥੇ ਕੇਸਗੜ ਹੈ ਖਾਲਸੇ ਦੀ ਲੱਗੀ ਇੱਥੇ ਬੜੀ ਡੂੰਗੀ ਜੜ ਹੈ ਅੱਜ ਤੀਕ ਮਿੱਟੀ ਨਾਲ ਤੇ ਪੁੱਟੀ ਗਈ ਕਿਸੇ ਕੋਲੋਂ ਮਿਟ ਗਏ ਜੋ ਚਾਹੁੰਦੇ ਸੀ ਮਟਾਉਣਾ ਤਨ ਗੁਰੂ ਬਾਜਾ ਵਾਲਿਆ ਤੇਰਾ ਨਹੀਂ ਤੇਰੇ ਜਹਾਂ ਨਹੀਂ ਜਹਾਨੇ ਫੇਰ ਆਉਣਾ ਤਨ ਗੁਰੂ ਬਾਜਾ ਵਾਲਿਆ ਕੱਢ ਕੇ ਮਿਆਨ ਵਿੱਚੋਂ ਗੁਰੂ ਕ੍ਰਿਪਾਨ ਕਿਹਾ ਸਿੱਖੀ ਵਾਲਾ ਮਹਿਲ ਹੈ ਬਣਾਉਣਾ ਬੰਦਿਆ ਜੋ ਖੋਟ ਕੱਢ ਕੇ ਇਸ ਪੰਥ ਮੈਂ ਖਾਲਸਾ ਸਜਾਉਣਾ ਧੰਨਵਾਦ ਤੁਹਾਡਾ ਆਪਣਾ ਗੁਰਪਰਜਨ ਗੇੜ